ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਆਂ ਪੰਜਾਬ ਅਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ ਮੁਖਤਾਰ ਅंसारी ਮਾਮਲੇ ਦੇ ਵਿੱਚ ਜੇਲ੍ਹ ਮੰਤਰੀ ਨੇ ਸੀਐਮ ਨੂੰ ਸੌਂਪੀ ਜਾਂਚ ਰਿਪੋਰਟ ਜੇਲ੍ਹ ਦੇ ਵਿੱਚ ਵੀਆਈਪੀ ਟ੍ਰੀਟਮੈਂਟ ਦੇਣ ਦਾ ਲੱਗਿਆ ਦੋਸ਼ ਤਾਂ ਦੋਸਤੋ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਰੋਪੜ ਜੇਲ੍ਹ ਦੇ ਵਿੱਚ ਬੰਦ ਬਦਨਾਮ ਗੈਂਗਸਟਰ ਮੁਖ्तार ਅंसारी ਨੂੰ ਬੀਵੀਆਈਪੀ ਸਹੂਲਤਾਂ ਦੇਣ ਦੇ ਮਾਮਲੇ ਵਿੱਚ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੂਬੇ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਬੰਧ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ ਰਿਪੋਰਟ ਦੇ ਵਿੱਚ ਸਾਬਕਾ ਜੇਲ੍ਹ ਮੰਤਰੀ ਤੋਂ ਇਲਾਵਾ ਜੇਲ੍ਹ ਵਿਭਾਗ ਦੇ ਕਈ ਉੱਚ ਅਧਿਕਾਰੀਆਂ ਦੀ ਦਿੱਲੀ ਦੇ ਨਾਲ ਸਿਆਸੀ ਸਾਜ਼ਿ ਦੀ ਗੱਲ ਕਹੀ ਹੈ ਸੂਤਰਾਂ ਦੇ ਅਨੁਸਾਰ ਮੁੱਖ ਮੰਤਰੀ ਨੂੰ ਸੌਂਪੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਮੁਖ्तार ਅंसारी ਸਿਰਫ ਨਾਮ ਦੇ ਲਈ ਹੀ ਜੇਲ੍ਹ ਦੇ ਵਿੱਚ ਬੰਦ ਸੀ ਜਦੋਂ ਉਹ ਰੋਪੜ ਜੇਲ੍ਹ ਦੇ ਵਿੱਚ ਅਫਸਰ ਕੁਆਟਰਾਂ ਦੇ ਵਿੱਚ ਪੂਰੀਆਂ ਸਹੂਲਤਾਂ ਦੇ ਨਾਲ ਰਹਿੰਦਾ ਰਿਹਾ ਉੱਥੇ ਉਸ ਦੀ ਪਦਨੀ ਵੀ ਅਕਸਰ ਆਉਂਦੀ ਰਹਿੰਦੀ ਸੀ ਹਾਲਾਂਕਿ ਜੇਲ੍ਹ ਮੰਤਰੀ ਬੈਂਸ ਨੇ ਆਪਣੀ ਰਿਪੋਰਟ ਜੰਤਕ ਨਹੀਂ ਕੀਤੀ ਪਰ ਉਹਨਾਂ ਨੇ ਸਪਸ਼ਟ ਕੀਤਾ ਕਿ ਇਸ ਮਾਮਲੇ ਦੇ ਵਿੱਚ ਕਈ ਵੱਡੇ ਚਿਹਰੇ ਬੇਨਕਾਬ ਹੋਣਗੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਸ ਮਾਮਲੇ ਦੇ ਵਿੱਚ ਉੱਚ ਅਧਿਕਾਰੀ ਕਮੇਟੀ ਦਾ ਗਠਨ ਕੀਤਾ ਤੇ ਉਸ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਮੁਖ्तार ਅंसारी ਤੇ ਪੰਜਾਬ ਪੁਲਿਸ ਦੇ ਮੁਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਰौती ਮੰਗਣ ਦਾ ਦੋਸ਼ੀ ਉਸ ਨੂੰ ਪੰਜਾਬ ਪੁਲਿਸ ਤੇ ਬੰਨੋ ਪ੍ਰੋਡਕਸ਼ਨ ਬ੍ਰਾਂਡ ਤੇ ਮੁਹਾਲੀ ਲਿਆਂਦਾ ਗਿਆ ਸੀ 24 ਜਨਵਰੀ 2019 ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰੋਪੜ ਜੇਲ੍ਹ ਦੇ ਅੰਦਰ ਭੇਜ ਦਿੱਤਾ ਗਿਆ ਸੀ ਅਗਲੀ ਖਬਰ ਹੈ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਮੁਲਾਜ਼ਮਾਂ ਦੀ ਸੀਐਮ ਭਗਵੰਤ ਮਾਨ ਦੇ ਨਾਲ ਬੈਠਕ ਮੰਗਾਂ ਤੇ ਬਣੇਗੀ ਸਹਿਮਤੀ ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਪੰਜਾਬ ਰੋਡਵੇਜ ਪਨਵਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਵੇਗੀ ਦੁਪਹਿਰ ਦੇ 1 ਵਜੇ ਇਹ ਮੀਟਿੰਗ ਹੋਣੀ ਹੈ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਬੈਠਕ ਕਰਨ ਦਾ ਸੱਦਾ ਮਿਲਣ ਤੋਂ ਬਾਅਦ ਯੂਨੀਅਨ ਦੇ ਵੱਲੋਂ ਪੀਤੇ ਦਿਨ 3 ਦਿਨਾਂ ਦੀ ਹੜਤਾਲ ਵਾਪਸ ਲੈ ਲਈ ਗਈ ਹੈ ਰੋਡਵੇਜ ਪਨਵਸ ਅਤੇ ਪੀਆਰਟੀਸੀ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਗਲੀ ਖਬਰ ਹੈ ਜੱਗੂ ਭਗਵਾਨਪੁਰੀਆ ਗਰੁੱਪ ਦੇ 2 ਮੈਂਬਰ ਕੀਤੇ ਗ੍ਰਿਫਤਾਰ ਪੁਲਿਸ ਤੇ ਫਾਇਰਿੰਗ ਕਰਕੇ ਹੋਏ ਸੀ ਫਰਾਰ ਤਾਂ ਦੋਸਤੋ ਜੰਡੇਆਲਾ ਗੁਰੂ ਦੇ ਨੇੜੇ ਪੁਲਿਸ ਤੇ ਫਾਇਰਿੰਗ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜੱਗੂ ਭਗਵਾਨਪੁਰੀਆ ਗਰੁੱਪ ਦੇ ਦੋ ਮੈਂਬਰ ਜੰਡੇਆਲਾ ਦੇ ਵਿੱਚ ਕ੍ਰਾਸ ਫਾਇਰਿੰਗ ਦੌਰਾਨ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਨੇ ਜੰਡੇਆਲਾ ਦੇ ਵਿੱਚ ਇੱਕ ਨਾਕਾ ਤੋੜਿਆ ਸੀ ਪੁਲਿਸ ਨੇ 11 ਕਿਲੋਮੀਟਰ ਤੱਕ ਉਹਨਾਂ ਦਾ ਪਿੱਛਾ ਕੀਤਾ ਅਤੇ ਪੁਲਿਸ ਨੇ ਪਾਰਟੀ ਤੇ ਗੋਲੀਆਂ ਵੀ ਚਲਾਈਆਂ ਪਰ ਪੁਲਿਸ ਨੇ ਉਹਨਾਂ ਨੂੰ ਬੰਡਾਲਾ ਝੋਲ ਡਰੇਨ ਦੇ ਨੇੜੇ ਕਾਬੂ ਕਰ ਲਿਆ ਸੀ ਗ੍ਰਫਤਾਰ ਮੁਲਾਜ਼ਮਾਂ ਦੀ ਪੁਸਾਨ ਗੁਰਪੇਜ ਉਰਫ ਬਾਬਾ ਅਤੇ ਸਮਸ਼ੇਰ ਉਰਫ ਕਰਨ ਦੋਵੇਂ ਵਾਸੀ ਤਰਨਤਾਰਨ ਦੇ ਵਜੋਂ ਹੋਈ ਹੈ ਪੁਲਿਸ ਨੇ ਦੋਮਾ ਦੇ ਕੋਲੋਂ 2 ਕਿਲੋ ਹੀਰੋਇਨ ਅਤੇ 30 ਬੋਰ ਦਾ ਪਿਸਤੌਲ ਬਰਾਮਦ ਕੀਤਾ ਜਾਣਕਾਰੀ ਦੇ ਮੁਤਾਬਕ ਕ੍ਰਾਸ ਫਾਇਰਿੰਗ ਦੇ ਵਿੱਚ ਕਈ ਰਾਉਂਡ ਫਾਇਰ ਕੀਤੇ ਗਏ ਪੁਲਿਸ ਮੁਤਾਬਕ ਗੁਰਪੇਜ ਦੇ ਖਿਲਾਫ 3 ਕਤਲ ਦੇ ਮਾਮਲੇ ਤਿੰਨ ਕਤਲ ਦੇ ਮਾਮਲੇ ਦਰਜ ਨੇ ਅਗਲੀ ਖਬਰ ਹੈ ਲਕੀਮਪੁਰ ਖੀਰੀ ਦੇ ਵਿੱਚ ਲੱਗੇਗਾ ਪੱਕਾ ਮੋਰਚਾ 2000 ਕਿਸਾਨ ਮਜ਼ਦੂਰਾਂ ਦਾ ਵੱਡਾ ਕਾਫਲਾ ਪੰਜਾਬ ਤੋਂ ਰਵਾਨਾ ਤਾਂ ਦੋਸਤੋ ਸੂਜਕਤ ਕਿਸਾਨ ਮੋਰਚੇ ਦੇ ਸੱਦੇ ਤੇ ਲਖੀਂਪੁਰ ਖੀਰੀ ਦੇ ਵਿਖੇ ਤਿੰਨ ਰੋਜਾ ਪੱਕੇ ਮੋਰਚੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦੇ ਵੱਲੋਂ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਦੋ ਦਰਜਨ ਵੱਡੀਆਂ ਬੱਸਾਂ ਦੇ ਸਣੇ ਦਰਜਨਾ ਛੋਟੇ ਵੱਡੇ ਵਹੀਕਲਾਂ ਦੇ ਵਿੱਚ ਸਵਾਰ ਹੋ ਕੇ ਭਾਰੀ ਗਿਣਤੀ ਔਰਤਾਂ ਤੇ ਨੌਜਵਾਨਾਂ ਦੇ ਸਮੇਤ 2000 ਦੇ ਕਰੀਬ ਕਿਸਾਨ ਮਜ਼ਦੂਰ ਅੱਜ ਸਵੇਰੇ ਪਾਤੜਾ ਡੱਬ ਵਾਲੀ ਸੰਭੂ ਬਾਰਡਰ ਦੇ ਰਾਹੀਂ ਰਵਾਨਾ ਹੋਏ ਨੇ ਅਗਲੀ ਖਬਰ ਹੈ ਹੁਣ 100 ਆਮ ਆਦਮੀ ਕਲੀਨਿਕਾਂ ਦੇ ਵਿੱਚ ਹੋਵੇਗਾ ਇਲਾਜ ਪਹਿਲੇ ਦਿਨ ਹੀ ਕਲੀਨਿਕਾਂ ਦੇ ਵਿੱਚ ਲੱਗੀਆਂ ਲਾਈਨਾਂ ਤਾਂ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬੀਆਂ ਦੀ ਹੁਣ 100 ਆਮ ਆਦਮੀ ਕਲੀਨਿਕ ਸਿਹਤ ਸੇਵਾਵਾਂ ਤਹਿਤ ਸੇਵਾ ਕਰਨਗੇ ਪਹਿਲੇ ਦਿਨ ਹੀ ਆਮ ਆਦਮੀ ਕਲੀਨਿਕਾਂ ਦੇ ਵਿੱਚ ਪੰਜਾਬੀਆਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਇਹ ਪਹਿਲੀ ਵਾਰ ਹੈ ਕਿ ਇਲਾਜ ਕਰਵਾਉਣ ਜਾਂ ਫਿਰ ਦਵਾਈ ਲੈਣ ਦੇ ਲਈ ਲੋਕ ਖੁਸ਼ ਨਜ਼ਰ ਆਏ ਹੋਣ ਅਗਲੀ ਖਬਰ ਹੈ ਪੰਜਾਬ ਪੁਲਿਸ ਦਾ ਅਨਮਨੁੱਖੀ ਵਤੀਰਾ ਕੈਦੀ ਦੀ ਪਿੱਠ ਤੇ ਗਰਮ ਰਾਡ ਦੇ ਨਾਲ ਲਿਖਿਆ ਗੈਂਗਸਟਰ ਤਾਂ ਦੋਸਤੋ ਸੈਸ਼ਨ ਕੋਰਟ ਦੇ ਵਿੱਚ ਪੰਜਾਬ ਪੁਲਿਸ ਨੂੰ ਖੌਫਨਾਕ ਚਿਹਰਾ ਸਾਹਮਣੇ ਆਇਆ ਥਾਣਾ ਢਿੱਲਮਾ ਦੇ ਵਿੱਚ ਦਰਜ ਹੋਏ ਡਕੈਤੀ ਦੇ ਮਾਮਲੇ ਵਿੱਚ ਉਸ ਸਮੇਂ ਹਰ ਕੋਈ ਹੈਰਾਨ ਰਹਿ ਗਿਆ ਜਦੋਂ ਫਿਰੋਜ਼ਪੁਰ ਜੇਲ੍ਹ ਦੇ ਵਿਦੋ ਲਿਆਂਦੇ ਕੈਦੀ ਦੇ ਭਰੀ ਅਦਾਲਤ ਵਿੱਚ ਆਪਣੀ ਕਮੀਜ਼ ਲਾ ਕੇ ਬੈਂਚ ਨੂੰ ਦਿਖਾਈ ਕੈਦੀ ਨੇ ਕਿਹਾ ਕਿ ਜੱਜ ਸਾਹਿਬ ਪੁਲਿਸ ਨੇ ਗਰਮ ਰਾਡ ਦੇ ਨਾਲ ਮੇਰੀ ਪਿੱਠ ਤੇ ਜਬਰਦਸਤੀ ਗੈਂਗਸਟਰ ਲਿਖ ਦਿੱਤਾ ਪੰਜਾਬ ਪੁਲਿਸ ਦੇ ਇਸ ਅਨਮਨੁੱਖੀ ਵਤੀਰੇ ਨੂੰ ਦੇਖ ਕੇ ਜਿੱਥੇ ਜੱਜ ਬੋਲਿਆ ਉਥੇ ਹੀ ਕੋਰਟ ਰੂਮ ਦੇ ਵਿੱਚ ਮੌਜੂਦ ਸਾਰਾ ਸਟਾਫ ਹੱਕਾ ਵਕਾ ਰਹਿ ਗਿਆ ਕੈਦੀ ਦੀ ਅਪੀਲ ਤੇ ਜੱਜ ਨੇ ਸਿਵਲ ਹਸਪੀਟਲ ਕਪੂਰਥਲਾ ਵਿਖੇ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ ਹਨ ਜਾਣਕਾਰੀ ਦੇ ਅਨੁਸਾਰ ਕਪੂਰਥਲਾ ਦੇ ਥਾਣਾ ਢਿੱਲਮਾ ਵਿਖੇ ਸਾਲ 2017 ਦੇ ਵਿੱਚ ਐਫ ਆਈ ਆਰ ਨੰਬਰ 23 ਦਰਜ ਕੀਤੀ ਗਈ ਸੀ ਇਸ ਸਬੰਧ ਦੇ ਵਿੱਚ ਮੁਲਜ਼ਮ ਅਤੇ ਹੋਰਨਾਂ ਦੇ ਖਿਲਾਫ ਲੁੱਟ ਦੀ ਯੋਜਨਾ ਬਣਾਉਣ ਦੀਆਂ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਆਗਲੀ ਖਬਰ ਹੈ ਪੰਜਾਬ ਦੇ ਵਿੱਚ ਘਰ ਘਰ ਰਾਸ਼ਨ ਯੋਜਨਾ ਤਹਿਤ ਆਟਾ ਸਪਲਾਈ 'ਚ ਜੀਐਸਟੀ ਬਣਿਆ ਅੜਿੱਕਾ ਸਰਕਾਰ ਤੇ ਪੈ ਸਕਦਾ 100 ਕਰੋੜ ਦਾ ਬਾਧੂ ਬੋਝ ਤਾਂ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਘਰ ਘਰ ਰਾਸ਼ਨ ਯੋਜਨਾ ਦੇ ਤਹਿਤ ਫੂਡ ਅਤੇ ਸਪਲਾਈ ਵਿਭਾਗ ਲਾਭਪਾਤਰੀਆਂ ਨੂੰ ਕਣਕ ਦੀ ਜਗ੍ਹਾ ਤੇ ਆਟਾ ਲੈ ਕੇ ਲਈ ਉਸਤਾਹਤ ਉਤਸ਼ਾਹਿਤ ਕਰੇਗਾ ਕਿਉਂਕਿ ਇਹ ਯੋਜਨਾ ਹੁਣ ਪੋਰਟਲ ਜਰੀਏ ਚੱਲੇਗੀ ਕਣਕ ਲੈਣ ਦੇ ਇੱਛੁਕ ਲਾਭਪਾਤਰੀਏ ਨੂੰ ਪੋਰਟਲ ਤੇ ਇਹ ਜਾਣਕਾਰੀ ਦੇਣੀ ਹੋਵੇਗੀ ਕਿ ਉਹ ਆਟਾ ਜਾਂ ਫਿਰ ਕਣਕ ਲੈਣਾ ਚਾਹੁੰਦੇ ਨੇ ਹੁਣ ਆਟਾ ਸਪਲਾਈ ਨੂੰ ਲੈ ਕੇ ਇੱਕ ਨਵਾਂ ਅੜਿੱਕਾ ਪੈਦਾ ਹੋ ਗਿਆ ਪੰਜਾਬ ਸਰਕਾਰ ਇੱਕ ਪਰਿਵਾਰ ਨੂੰ 25 ਕਿਲੋ ਦੇ ਪੈਕਟ ਦੇ ਵਿੱਚ ਆਟਾ ਸਪਲਾਈ ਕਰੇਗੀ ਅਤੇ ਹਾਲ ਹੀ ਦੇ ਵਿੱਚ ਜੀਐਸਟੀ ਕੌਂਸਲ ਨੇ ਆਟੇ ਤੇ 5% ਜੀਐਸਟੀ ਲਗਾ ਦਿੱਤਾਗਾ ਅਜਿਹੇ ਦੇ ਵਿੱਚ ਸਰਕਾਰ ਕਾਨੂੰਨੀ ਰੇ ਲੈ ਕੇ ਲੈ ਰਹੀ ਹੈ ਤੇ ਉਹਨਾਂ ਨੂੰ ਵੀ ਜੀਐਸਟੀ ਦੇਣਾ ਪਵੇਗਾ ਪੰਜਾਬ ਸਰਕਾਰ ਇਸ ਲਈ ਕਾਨੂੰਨੀ ਰਾਏ ਲੈ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਸਹਿਯੋਗ ਨਾਲ ਚਲਾਈ ਜਾਣ ਵਾਲੀ ਇਹ ਯੋਜਨਾ ਗਰੀਬ ਲੋਕਾਂ ਦੇ ਲਈ ਹੈ ਅਤੇ ਇਹਦੇ ਵਿੱਚ ਕੀ ਆਟੇ ਦੇ ਪੈਕਟ ਤੇ ਜੀਐਸਟੀ ਲੱਗੇਗਾ ਜਾਂ ਫਿਰ ਨਹੀਂ ਆਗਲੀ ਖਬਰ ਹੈ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਰਾਹਤ 7 ਮਹੀਨੇ ਪਹਿਲਾਂ ਦਰਜ ਮੁਕੱਦਮਾ ਅਦਾਲਤ ਨੇ ਕੀਤਾ ਕਾਰਜ ਤਾ ਦੋਸਤੋ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਮਾਨਹਾਨੀ ਦਾ ਮਕਦਮਾ ਖਾਰਜ ਕਰ ਦਿੱਤਾ ਹੈ ਸਿੱਧੂ ਦੇ ਖਿਲਾਫ ਇਹ ਕੇਸ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਦਾਇਰ ਕੀਤਾ ਸੀ ਇਸ ਮਾਮਲੇ ਦੇ ਵਿੱਚ ਪਟੀਸ਼ਨ ਕਰਤਾ ਦੇ ਵੱਲੋਂ ਕਿਸੇ ਦੇ ਪੇਸ਼ ਨਾ ਹੋਣ ਕਾਰਨ ਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ ਹੈ ਦਿਲਸ਼ੇਰ ਮੌਜੂਦਾ ਸਮੇਂ ਸੈਕਟਰ 26 ਪੁਲਿਸ ਲਾਈਨ ਦੇ ਵਿੱਚ ਡੀਐਸਪੀ ਦੇ ਵਜੋਂ ਤਾਇਨਾਤ ਹੈ ਆਗਲੀ ਖਬਰ ਹੈ ਕੈਨੇਡਾ ਦੇ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚ 49 ਫੀਸਦੀ ਵਾਧਾ ਦੇਸ਼ ਦੇ ਵਿੱਚ ਚੌਥੇ ਨੰਬਰ ਤੇ ਪੰਜਾਬੀ ਤਾਂ ਦੋਸਤੋ ਬੀਤੇ ਸਾਲ ਕਰਵਾਈ ਗਈ ਮਰਦ ਸਮਾਰੀ ਦੇ ਵਿੱਚ ਕੈਨੇਡਾ ਚ ਇੰਗਲਿਸ਼ ਫ੍ਰੈਂਚ ਤੋਂ ਬਾਅਦ ਹੋਰ ਭਾਸ਼ਾਵਾਂ ਬੋਲਣ ਵਾਲਿਆਂ ਦੀ ਗਿਣਤੀ ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚੌਥੇ ਨੰਬਰ ਤੇ ਦਰਜ ਕੀਤੀ ਗਈ ਹੈ ਸਟੈਟਿਸ ਕੈਨੇਡਾ ਦੀ 2021 ਦੀ ਮਰਦ ਸੁਮਾਰੀ ਮੁਤਾਬਕ ਕੈਨੇਡਾ ਚ ਅੰਗਰੇਜ਼ੀ ਅਤੇ ਫ੍ਰੈਂਚ ਤੋਂ ਇਲਾਵਾ ਘਰਾਂ ਚ ਸਭ ਤੋਂ ਵੱਧ ਮੈਡਰਿਨ ਅਤੇ ਉਸ ਤੋਂ ਬਾਅਦ ਪੰਜਾਬੀ ਬੋਲਣ ਵਾਲਿਆਂ ਦਾ ਸਥਾਨ ਆਉਂਦਾਗਾ ਤੁਹਾਨੂੰ ਦੱਸ ਦਈਏ ਕਿ 2016 ਦੀ ਮਰਦ ਸੁਮਾਰੀ ਨਾਲੋਂ ਇਸ ਵਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚ 49% ਦਾ ਵਾਧਾ ਹੋਇਆ ਹੈ ਕੈਨੇਡਾ ਚ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 92000 ਅਤੇ ਗੁਜਰਾਤੀ ਬੋਲਣ ਵਾਲਿਆਂ ਦੀ ਗਿਣਤੀ ਵੀ 92000 ਦਰਜ ਕੀਤੀ ਗਈ ਹੈ ਟ੍ਰਾਂਟੋ ਦੇ ਵਿੱਚ ਇੰਗਲਿਸ਼ ਅਤੇ ਫ੍ਰੈਂਚ ਤੋਂ ਇਲਾਵਾ ਘਰਾਂ ਵਿੱਚ ਹੋਰ ਭਾਸ਼ਾ ਬੋਲਣ ਵਾਲਿਆਂ ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 10% ਅਤੇ ਵੈਨਕੂਵਰ ਦੇ ਵਿੱਚ 19% ਦਰਜ ਕੀਤੀ ਗਈ ਹੈ ਅਗਲੀ ਖਬਰ ਹੈ 3000 ਰੁਪਏ ਦੀ ਰਿਸ਼ਵਤ ਲੈੰਦਾ ਕਾਨੂੰਗੋ ਵਿਜੀਲੈਂਸ ਦੇ ਵੱਲੋਂ ਰੰਗੇ ਹੱਥੀ ਕਾਬੂ ਤਾਂ ਦੋਸਤੋ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਮੰਡੀ ਬੋਰਡ ਕੰਪਲੈਕਸ ਮੁਹਾਲੀ ਦੇ ਵਿਖੇ ਡਾਇਰੈਕਟਰ ਅਵਾਦਕਾਰੀ ਦੇ ਦਫਤਰ ਵਿੱਚ ਤਾਇਨਾਤ ਕਾਨੂੰਗੋ ਅਮਰੀਕ ਸਿੰਘ ਨੂੰ 300 ਰੁਪਏ ਰਿਸ਼ਵਤ ਲੈੰਦਿਆਂ ਰੰਗੇ ਹੱਥੀ ਕਾਬੂ ਕੀਤਾ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬਲਾਰੇ ਨੇ ਦੱਸਿਆ ਕਿ ਮੁਲਜ਼ਮ ਕਾਨੂੰਗੋ ਨੂੰ ਕਲਦੀਪ ਸਿੰਘ 바ਸੀ ਭੂਮੜੀ ਕਲਾ ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਹੈ। ਅਗਲੀ ਖਬਰ ਹੈ ਕਿਸਾਨਾਂ ਨੂੰ ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ ਖੇਤੀਬਾੜੀ ਲਿਮਟਾਂ ਤੇ 1.5% ਸਹਾਇਤਾ ਨੂੰ ਮਿਲੀ ਮਨਜ਼ੂਰੀ। ਤਾਂ ਦੋਸਤੋ ਕੇਂਦਰੀ ਮੰਤਰੀ ਮੰਡਲ ਨੇ 3 ਲੱਖ ਰੁਪਏ ਤੱਕ ਛੋਟੇ ਮਿਆਦ ਦੇ ਖੇਤੀਬਾੜੀ ਕਰਜ਼ੇ ਤੇ 1.5 ਫੀਸਦੀ ਵਿਆਜ ਸਹਯਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਕਦਮ ਦਾ ਮਕਸਦ ਹੈ ਖੇਤੀਬਾੜੀ ਖੇਤਰ ਨੂੰ ਉਚਿਤ ਕਰਜ਼ ਪ੍ਰਵਾਹ ਸੁਨਿਸ਼ਚਿਤ ਕਰਨਾ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਤਾ ਤੇ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਸਾਰੇ ਵਿੱਤੀ ਸੰਸਥਾਨਾਂ ਨੂੰ ਘੱਟ ਸਮੇਂ ਲਈ ਖੇਤੀਬਾੜੀ ਲਿਮਟਾਂ ਲਈ 1.5 ਫੀਸਦੀ ਵਿਆਜ ਯੋਜਨਾ ਬਹਾਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਗਲੀ ਖਬਰ ਹੈ ਐਮਐਸਪੀ ਤੇ 22 ਅਗਸਤ ਨੂੰ ਹੋਵੇਗੀ ਕਮੇਟੀ ਦੀ ਪਹਿਲੀ ਬੈਠਕ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸਾਨੂੰ ਕੋਈ ਉਮੀਦ ਨਹੀਂ ਹੈ ਤਾਂ ਦੋਸਤੋ ਕੇਂਦਰ ਸਰਕਾਰ ਵੱਲੋਂ ਫਸਲਾਂ ਤੇ ਘੱਟ ਤੋਂ ਘੱਟ ਸਮਰਥਨ ਮੁੱਲ ਦੇ ਮਸਲੇ ਤੇ ਵਿਚਾਰ ਕਰਨ ਦੇ ਲਈ ਬਣਾਈ ਗਈ ਕਮੇਟੀ ਦੀ ਪਹਿਲੀ ਬੈਠਕ ਇਸ 22 ਅਗਸਤ ਨੂੰ ਹੋਣ ਦੀ ਉਮੀਦ ਹੈ ਇਸ ਬੈਠਕ ਦੇ ਵਿੱਚ ਐਮਐਸਪੀ ਦੇ ਮੁੱਦੇ ਤੇ ਅੱਗੇ ਦੀ ਰਣਨੀਤੀ ਤੇ ਵਿਚਾਰ ਕੀਤਾ ਜਾਵੇਗਾ ਅਗਲੀ ਖਬਰ ਹੈ ਕੈਨੇਡਾ ਬੈਠੇ ਗੈਂਗਸਟਰ ਅਰਸ਼ ਡੱਲਾ ਦੀ ਪੰਜਾਬ ਪੁਲਿਸ ਨੂੰ ਚੇਤਾਵਨੀ ਸਿੱਧੂ ਮੂਸੇਵਾਲੇ ਦਾ ਵੀ ਕੀਤਾ ਜ਼ਿਕਰ ਤਾਂ ਦੋਸਤੋ ਕੈਨੇਡਾ ਦੇ ਵਿੱਚ ਬੈਠੇ ਖਤਰਨਾਕ ਗੈਂਗਸਟਰ ਅਰਸ਼ ਡੱਲਾ ਨੇ ਪੰਜਾਬ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਦਰਅਸਲ ਦੇ ਵਿੱਚ ਬੀਤੇ ਦਿਨੀ ਦਿੱਲੀ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੇ ਦੌਰਾਨ ਗੈਂਗਸਟਰ ਡੱਲਾ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਫੇਸਬੁੱਕ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਮੈਨੂੰ ਜ਼ਬਰਨ ਅੱਤਵਾਦੀ ਬਣਾਇਆ ਜਾ ਰਿਹਾ ਹੈ ਤੇ ਮੈਂ ਅੱਜ ਤੱਕ ਕੋਈ ਤਮਾਕਾ ਨਹੀਂ ਰਵਾਇਆ ਜੇ ਮਜਬੂਰ ਹੋਇਆ ਤਾਂ ਫਿਰ ਮੈਂ ਉਸੇ ਸਟਾਈਲ ਦੇ ਵਿੱਚ ਜਵਾਬ ਦੇਵਾਂਗਾ ਡੱਲਾ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦੇ ਸਾਈਬਰ ਸੈੱਲ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਥੇ ਇਹ ਵੀ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਚਾਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਗਲੀ ਖਬਰ ਹੈ ਸੀਐਮ ਭਗਵੰਤ ਮਾਨ 29 ਅਗਸਤ ਨੂੰ ਜਲੰਧਰ ਤੋਂ ਪੰਜਾਬ ਖੇਡ ਮੇਲੇ ਦਾ ਕਰਨਗੇ ਉਦਘਾਟਨ ਤਾਂ ਦੋਸਤੋ ਖੇਡ ਸੱਭਿਆਚਾਰ ਨੂੰ ਪਰਫੁੱਲਤ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਖੇਡ ਮੇਲੇ 2022 ਕਰਵਾਇਆ ਜਾ ਰਿਹਾ ਜਿਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਜਲੰਧਰ ਤੋਂ ਕਰਨਗੇ ਇਹ ਖੇਡ ਮੇਲਾ 2 ਮਹੀਨਿਆਂ ਦਾ ਹੋਵੇਗਾ ਜਿਸ ਦੇ ਵਿੱਚ ਬਲਾਕ ਜ਼ਿਲ੍ਹਾ ਅਤੇ ਸੂਬਾ ਪੱਧਰ ਤੇ ਕਈ ਖੇਡ ਮੁਕਾਬਲੇ ਕਰਵਾਏ ਜਾਣਗੇ ਅਗਲੀ ਖਬਰ ਹੈ ਕਲਾਵਾਜੀ ਲਗਾਉਂਦਿਆਂ ਸਿਰ ਦੇ ਭਾਰ ਡਿੱਗਿਆ ਕਬੱਡੀ ਖਿਡਿਆਰੀ ਹੋਈ ਦਰਦਨਾਕ ਮੌਤ ਤਾਂ ਦੋਸਤੋ ਤਾਮਿਲਨਾਡੂ ਦੇ ਜ਼ਿਲ੍ਹੇ ਦੇ ਵਿੱਚ 31 ਸਾਲਾਂ ਦਾ ਕਬੱਡੀ ਖਿਡਿਆਰੀ ਵਿਨੋਥ ਕੁਮਾਰ 8 ਅਗਸਤ ਨੂੰ ਇੱਕ ਮੰਦਰ ਮੇਲੇ ਦੌਰਾਨ ਆਪਣੀ ਕਲਾਵਾਜੀ ਦਾ ਪ੍ਰਦਰਸ਼ਨ ਕਰ ਰਿਹਾ ਸੀ ਪਰ ਕਲਾਵਾਜੀ ਕਰਦੇ ਸਮੇਂ ਉਹਨਾਂ ਦੀ ਧੌਣ ਤੇ ਸੱਟ ਲੱਗ ਗਈ ਤੇ ਉਹਨਾਂ ਦੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਹੁਣ ਖਬਰ ਇਹ ਮਿਲੀ ਆ ਕਿ ਉਸ ਦੀ ਰਾਤ ਮੌਤ ਹੋ ਗਈ ਹੈ। ਅਗਲੀ ਖਬਰ ਹੈ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸਹਿਰਾਂ ਦੇ ਵਿੱਚੋਂ 18 ਭਾਰਤ ਦੇ ਤਾਂ ਦੋਸਤੋ ਭਾਰਤ ਦੇ 18 ਸਹਿਰ ਦੁਨੀਆ ਦੇ ਉਹਨਾਂ 20 ਸਹਿਰਾਂ ਦੇ ਵਿੱਚ ਸ਼ਾਮਲ ਨੇ ਜਿੱਥੇ 2010 ਤੋਂ ਲੈ ਕੇ 2019 ਤੱਕ ਹਵਾ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਵੱਧ ਗਿਆ ਜਿਕਰ ਜੋਗਾ ਕਿ ਪੀਐਮ ਹਵਾ ਦੇ ਵਿੱਚ ਪ੍ਰਦੂਸ਼ਨ ਫਲਾਉਣ ਵਾਲੇ ਕਣ ਹੁੰਦੇ ਨੇ ਅਮਰੀਕਾ ਦੇ ਖੋਜ ਸੰਗਠਨ ਹੈਲਥ ਫਿਟੈਕਸ ਇੰਸਟੀਚਿਊਟ ਦੇ ਵੱਲੋਂ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਨ ਫਲਾਉਣ ਵਾਲੇ ਕਣਾਂ ਦਾ ਪੱਧਰ ਭਾਰਤ ਵਿੱਚ ਸਭ ਤੋਂ ਵੱਧ ਹੈ ਇਸ ਅਧਿਐਨ ਦੇ ਵਿੱਚ 2010 ਤੋਂ 19 ਤੱਕ ਦੇ ਅੰਕੜੇ ਸ਼ਾਮਲ ਨੇ ਅਧਿਐਨ ਦੇ ਵਿੱਚ ਦੋ ਪ੍ਰਦੂਸ਼ਕ PM 2.5 ਅਤੇ ਨਾਈਟ੍ਰੋਜਨ ਡਾਈਆਕਸਾਈਡ ਨੂੰ ਸ਼ਾਮਲ ਕੀਤਾ ਜਾਂਦਾ ਹੈ ਰਿਪੋਰਟ ਹਵਾ ਦੀ ਗੁਣਵੱਤਾ ਦੇ ਜ਼ਮੀਨੀ ਅੰਕੜਿਆਂ ਤੇ ਸੈਟੇਲਾਈਟ ਦੇ ਮਾਡਲਾਂ ਦੀ ਮਦਦ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਏਸ਼ੀਆ ਅਫਰੀਕਾ ਤੇ ਯੂਰਪ ਦੇ ਮੁਲਕਾਂ ਵਿੱਚ ਪ੍ਰਦੂਸ਼ਣ ਦੇ ਸਿਹਤ ਉੱਤੇ ਪੈਣ ਵਾਲੇ ਮਾੜੇ ਅਸਰ ਦੇਖੇ ਗਏ ਨੇ ਖੇਤਰ ਵਿੱਚ ਸਭ ਤੋਂ ਪ੍ਰਦੂਸ਼ਣ ਵਾਲੇ ਸ਼ਹਿਰਾਂ ਦੇ ਵਿੱਚ ਦਿੱਲੀ ਅਤੇ ਕੋਲਕਾਤਾ ਸ਼ਾਮਲ ਨੇ ਆਗਲੀ ਖਬਰ ਹੈ ਮੋਦੀ ਦਾ ਪੰਜਾਬ ਦੌਰਾ 24 ਅਗਸਤ ਨੂੰ ਤਾਂ ਦੋਸਤੋ ਪ੍ਰਧਾਨ ਮੰਤਰੀ ਮੋਦੀ 24 ਅਗਸਤ ਨੂੰ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਸ੍ਰੀ ਮੋਦੀ ਹੋਮੀ ਭਾਬਾ ਕੈਂਸਰ ਹਸਪੀਟਲ ਅਤੇ ਖੋਜ ਕੇਂਦਰ ਮੁੱਲਾਪੁਰ ਗਰੀਬ ਦਾਸ ਦਾ ਉਦਘਾਟਨ ਕਰਨਗੇ ਯੂਪੀਏ ਦੀ ਸਰਕਾਰ ਸਮੇਂ ਇਸ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਗਲੀ ਖਬਰ ਹੈ ਕਰੋਨਾ ਦੇ ਕਾਰਨ ਪੰਜਾਬ ਦੇ ਵਿੱਚ 6 ਲੋਕਾਂ ਦੀ ਮੌਤ ਦੇਸ਼ ਦੇ ਵਿੱਚ ਕੋਵਿਡ ਦੇ 9062 ਨਵੇਂ ਮਾਮਲੇ ਤਾਂ ਦੋਸਤੋ ਭਾਰਤ ਵਿੱਚ ਅੱਜ ਕੋਵਿਡ 19 ਦੇ 9062 ਨਵੇਂ ਕੇਸਾਂ ਦੇ ਆਉਣ ਕਾਰਨ ਕਰੋਨਾ ਮਾਮਲਿਆਂ ਦੀ ਗਿਣਤੀ 4 ਕਰੋੜ 42 ਲੱਖ 86252 ਹੋ ਗਈ ਹੈ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 37 ਮਰੀਜ਼ਾਂ ਦੀ ਕਰੋਨਾ ਕਰਕੇ ਮੌਤ ਹੋਈ ਹੈ ਜਿਸ ਤੋਂ ਬਾਅਦ ਮਰਨ ਵਾਲਿਆਂ ਦਾ ਜੋ ਅੰਕੜਾ ਹੈ 527134 ਤੱਕ ਜਾ ਪੁੱਜਿਆ ਹੈ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਖਾਣਨ ਰੇਲਵੇ ਪੁਲਾਂ ਦੇ ਲਈ ਖਤਰਾ ਤਾਂ ਦੋਸਤੋ ਉੱਤਰੀ ਰੇਲਵੇ ਨੇ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਖਾਣਨ ਨੂੰ ਰੇਲਵੇ ਪੁਲਾਂ ਦੇ ਲਈ ਖਤਰਾ ਦੱਸਿਆ ਉੱਤਰੀ ਰੇਲਵੇ ਦੇ ਜਰਨਲ ਮੈਨੇਜਰ ਆਸੂਤੋਸ ਗੰਗਲ ਨੇ ਮੁੱਖ ਸਕੱਤਰ ਪੰਜਾਬ ਨੂੰ ਪਿਛਲੇ ਹਫਤੇ ਲੇਖੇ ਪੱਤਰ ਦੇ ਵਿੱਚ ਦੋ ਰੇਲਵੇ ਪੁਲਾਂ ਦਾ ਜੇਕਰ ਕੀਤਾ ਸੀ ਅਗਲੀ ਖਬਰ ਹੈ ਖੇਤੀ ਮਸ਼ੀਨਰੀ ਦੀ ਵੰਡ ਵਿੱਚ 150 ਕਰੋੜ ਰੁਪਏ ਦਾ ਘਪਲਾ ਤਾਂ ਦੋਸਤੋ ਆਪ ਸਰਕਾਰ ਦੇ ਵੱਲੋਂ ਕਾਂਗਰਸੀ ਹਕੂਮਤ ਦੇ ਦੌਰਾਨ ਪਰਾਲੀ ਦੀ ਸਾਂਭ ਸੰਭਾਲ ਦੇ ਲਈ ਵੰਡੀ ਖੇਤੀ ਮਸ਼ੀਨਰੀ ਵਿੱਚ ਹੋਏ ਘਪਲੇ ਦੀ ਜਾਂਚ ਲਈ ਬਿਜੀਲੈਂਸ ਤੋਂ ਕਰਾਉਣ ਦੇ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ ਖੇਤੀ ਵਿਭਾਗ ਨੇ ਇਸ ਮਾਮਲੇ ਦੀ ਫਾਈਲ ਮੁੱਖ ਮੰਤਰੀ ਨੂੰ ਭੇਜ ਦਿੱਤੀ ਸੀ ਨਵੀਂ ਸਰਕਾਰ ਨੇ ਫਸਲੀ ਰਹਿੰਦ ਖੂੰਦ ਦੀ ਸੰਭਾਲ ਲਈ ਦਿੱਤੀ ਖੇਤੀ ਮਸ਼ੀਨਰੀ ਦੀ ਮੋਡ ਫਿਜ਼ੀਕਲ ਵੈਰੀਫਿਕੇਸ਼ਨ ਕਰਾਈ ਹੈ ਜਿਸ ਵਿੱਚ ਕੇਂਦਰੀ ਪੈਸਾ ਖੁਰਦ-ਬਰਦ ਹੋਣ ਦੀ ਗੱਲ ਸਾਹਮਣੇ ਆਈ ਹੈ ਖੇਤੀ ਵਿਭਾਗ ਨੇ ਕਿਸਾਨਾਂ ਨੂੰ ਦਿੱਤੀਆਂ ਮਸ਼ੀਨਾਂ ਦੀ ਵੰਡ ਵਿੱਚ ਮੋੜਲੇ ਪੜਾ ਦੇ 150 ਕਰੋੜ ਰੁਪਏ ਦਾ ਘਾਪਲਾ ਹੋਣ ਦਾ ਅਨੁਮਾਨ ਲਗਾਇਆਗਾ ਅਗਲੀ ਖਬਰ ਹੈ ਮਲਾਜਮਾਂ ਨੂੰ ਪੱਕਿਆ ਕਰਨ ਦੇ ਸਬੰਧੀ ਖਾਡਾ ਨੀਤੀ ਨੂੰ ਅਪਡੇਟ ਕੀਤਾ ਜਾ ਰਿਹਾ ਹੈ ਤਾਂ ਦੋਸਤੋ ਠੇਕੇ ਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਲਈ ਬਣਾਈ ਗਈ ਕੈਬਨਟ ਸਬ ਕਮੇਟੀ ਨੇ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਠੇਕੇ ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਿਆ ਕਰਨ ਸੰਬੰਧੀ ਨੀਤੀ ਦੇ ਖਾੜੇ ਨੂੰ ਅਪਡੇਟ ਕਰਨ ਤੇ ਲਗਾਤਾਰ ਕੰਮ ਕਰ ਰਹੀ ਹੈ ਤਾਂ ਜੋ ਇਸ ਦਾ ਵੱਧ ਤੋਂ ਵੱਧ ਨੂੰ ਲਾਭ ਮਿਲ ਸਕੇ ਅਗਲੀ ਖਬਰ ਹੈ ਪੰਜਾਬ, ਜੁਪੀ, ਹਰਿਆਣਾ ਤੇ ਜੰਮੂ ਦੇ ਲਈ ਸਪੈਸ਼ਲ ਟ੍ਰੇਨਾਂ ਚਲਾਵੇਗਾ ਰੇਲਵੇ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਰੇਲਵੇ ਯਾਤਰੀਆਂ ਦੀ ਸਹੂਲਤ ਨੂੰ ਗੋਰਖਪੁਰ ਅਤੇ ਜੰਮੂ ਤਵੀ ਵਿਚਕਾਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾਗਾ ਤੇ ਦੋਸਤੋ ਇਹ ਸਨ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਜੇ ਤੁਹਾਨੂੰ ਸਾਡਾ ਇਹ ਵੀਡੀਓ ਤੇ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਤੇ ਨਾਲ ਬਣੇ ਘੰਟੀ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਗਾ ਤੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ ਪੰਡਿਤ ਐਮ ਕੇ ਸ਼ਰਮਾ ਫੀਸ ਨਹੀਂ ਇਨਾਮ ਲਵਾਂਗਾ ਤੋਖਾ ਨਹੀਂ ਕੰਮ ਕਰਾਂਗਾ ਮਾਤਾ ਰਾਣੀ ਨੇ ਚਾਇਆ ਤੱਕ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ ਪੰਡਿਤ ਮੌਲਵੀ ਤੋਂ ਵਿਸ਼ਵਾਸ ਹੋ ਚੁੱਕੇ ਇੱਕ ਵਾਰ ਜੂੜ ਅਜ਼ਮਾਓ ਪੰਡਿਤ ਐਮ ਕੇ ਸ਼ਰਮਾ ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ ਸੋਤਨ ਦੁਸ਼ਮਨ ਤੋਂ ਛੁਟਕਾਰਾ ਵਿਦੇਸ਼ ਯਾਤਰਾ 'ਚ ਰੁਕਾਵਟ ਮਾਤਾ ਪਿਤਾ ਨੂੰ ਮਨਾਉਣਾ ਇੱਕ ਵਾਰ ਮਿਲਾਓ ਫੋਨ ਤੇ ਜਰੂਰ ਅਜ਼ਮਾਓ ਆਪਣੀ ਕਿਸਮਤ ਕਰੋ ਸੰਪਰਕ 9879395955